ਤੁਹਾਡੇ ਸਾਰਿਆਂ ਨਾਲ ਵੀ ਲਵ ਯੂ ਹੈ। ਗਾਣਾ ਸ਼ੂਟ ਕਰ ਰਿਹਾ ਸਾਡਾ ਆਪਣਾ ਪਰਮੇਸ਼ੂ, ਇੱਧਰ ਚੱਲ ਰਿਹਾ ਤੇ ਗਾਣਾ ਦਾ ਮਿਊਜ਼ਿਕ ਕੀਤਾ ਮਿਸਤਾ ਤੇ ਲਿਖਿਆ ਹੈਗਾ ਬਾਈ ਰਵੀ ਰਾਜ ਨੇ। ਦੁਬਾਰਾ ਸਾਡੀ ਜੋੜੀ ਸਾਰਿਆਂ ਦੀ ਇਕੱਠੀ ਹੋ ਰਹੀ ਹੈ ਇੱਕ ਵਾਰੀ ਤਿੰਨ ਪੈਗ ਤੋਂ ਬਾਅਦ। ਗਾਣਾ ਵੀ ਬਹੁਤ ਘੈਂਟ ਆ, ਕੱਲ ਨੂੰ ਤੁਹਾਨੂੰ ਸੁਣਾਉਂਦੇ ਆ ਸਾਰਾ ਗਾਣਾ ਤੇ ਰਿਲੀਜ਼ ਵੀ ਛੇਤੀ ਕਰ ਦਿਆਂਗੇ ਜਦੋਂ ਵੀ ਗਾਣਾ ਜਦੋਂ ਕਦੋਂ ਕਰਨਾ ਕਿੰਨੀ ਤਰੀਕ ਨੂੰ ਕਰਨਾ 24 ਨੂੰ ਕਰਦੀ ਬਾਈ ਹਾਂ 23 ਜਾਂ 24 ਚੋਂ ਜਿਹੜੇ ਵੀ ਸੈੱਟ ਲੱਗੇ ਕੇ ਵੀ ਬੈਠਾ ਕੋਲੇ ਕੇ ਸਾਰਿਆਂ ਨੂੰ ਹਨਾ। ਕੱਲ ਨੂੰ ਗਾਣਾ ਤੁਹਾਨੂੰ ਸੁਣਾ ਵੀ ਦੇਵਾਂਗੇ, ਤੁਸੀਂ ਸੁਣ ਕੇ ਦੱਸ ਵੀ ਦਿਓ ਕਿਵੇਂ ਆ। ਤੇ ਬਾਕੀ ਕੇ ਵੀ ਢਿੱਲੋਂ ਸਾਹਿਬ ਗੋਲਡ ਮੀਡੀਆ ਤੋਂ ਬੈਠੇ ਆ, ਇਹਨਾਂ ਨੇ ਕਹਿ ਤਾ 23 ਜਾਂ 24 ਚੋਂ ਇੱਕ ਦਿਨ ਚ ਕਰ ਦਿਆਂਗੇ ਜੀ ਰਿਲੀਜ਼। ਤੇ ਬਾਕੀ ਪਰਮੀਸ਼ ਜੀ ਕਹਿਣਗੇ ਹੁਣ ਕੁਛ ਦੋ ਬੋਲ ਮੈਂ ਦੋ ਬੋਲ ਲਵ ਯੂ ਮੈਂ ਤੈਨੂੰ ਲਵ ਯੂ ਸ਼ੈਰੀ ਵੀਰੇ ਚਾਰ ਬੋਲ। ਸਭ ਤੋਂ ਪਹਿਲਾਂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਊਟ ਮੁੰਡੇ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ। ਤੇ ਮੈਨੂੰ ਹਮੇਸ਼ਾ ਸ਼ੈਰੀ ਵੀਰ ਦੇ ਸੈੱਟ ਤੇ ਮੈਂ ਇਹਨਾਂ ਦੇ ਫਿਰਦਾ ਹੁੰਦਾ ਚੁੱਪ ਕਰਕੇ ਕਰਕੇ ਬਾਈ ਚਾਹ ਪੀ ਰਿਹਾ ਕੋਈ ਗੱਲ ਨੀ ਲੇਟ ਹੋਣ ਦੋ ਸ਼ੂਟ। ਤੇ ਅੱਜ ਵੀ ਤੁਹਾਡਾ ਸ਼ੂਟ 2 ਘੰਟੇ ਲੇਟ ਸ਼ੁਰੂ ਹੈ, ਪਰ ਉਮੀਦ ਕਰਦਾ ਸਾਰਿਆਂ ਨੂੰ ਵਧੀਆ ਲੱਗੂਗਾ। ਤੇ ਬਹੁਤ ਹੀ ਜ਼ਿਆਦਾ ਮੇਰੇ ਖਿਆਲ ਵਾਲੇ ਗਾਣੇ ਦੇ ਲਿਰਿਕਸ 2-3 ਹੀ ਚੇਂਜ ਹੋਏ ਹਨਾ ਬਾਈ, ਤੇ ਸਟੂਡੀਓ ਦੇ ਵਿੱਚ ਤੇ ਸਾਰੇ ਗਾਣੇ ਦੇ ਪ੍ਰੋਸੈਸ 'ਚ ਰਹਿ ਕੇ ਮੈਨੂੰ ਬੜਾ ਵਧੀਆ ਲੱਗਿਆ। ਤੇ ਇੱਕ ਸਾਡੇ ਡੀਜੇ ਨੂੰ ਬਹੁਤ ਬਹੁਤ ਵਧਾਈਆਂ, ਡੀਜੇ ਦਾ ਗਾਣਾ ਬਹੁਤ ਭਾਈ ਦਾ ਬਹੁਤ ਬਹੁਤ ਥੈਂਕ ਯੂ ਬਾਈ। ਪੈਗ ਦੀ ਵੀ ਸਾਰੀ ਟੀਮ ਹੀ ਇੱਕ ਤਰੀਕੇ ਨਾਲ ਹਨਾ, ਉੱਧਰ ਨੂੰ ਵੀ ਘਵਾ ਦੋ, ਬੁਰੇ ਵੀ ਹੈਗੇ ਉੱਥੇ ਵੀ, ਬੈਕ ਵੀ ਹੈਗਾ ਆ ਕੇ ਵੀ। ਇਹ ਜਿਨ੍ਹਾਂ ਨੇ ਘੱਟ ਦੇਖਿਆ ਕੇ ਵੀ ਨੂੰ ਅੱਜ ਦੇ ਇਹ ਉਹ ਸ਼ਖਸ ਜਿਹੜਾ ਆ ਸਾਡੇ ਕਿਊਟ ਮੁੰਡੇ ਦੀ ਦਾ ਟੀਮ ਦਾ। ਹਾਂ ਇਹ ਵੀ ਕਿਊਟ ਮੁੰਡੇ ਸੀਗਾ ਹਨਾ, ਆ ਸਾਡਾ ਸਪੋਟ ਹੈ ਜੀ ਇਹਨੇ ਅੰਦਰ ਬੁੱਧ ਕੈਮਰੇ ਮੇ ਹੈਲੋ ਬੋਲਦੇ ਸਭ ਕੋ ਤੇ ਆ ਅੰਦਰ ਵੀ ਬੋਲਦੇ ਗਾਣੇ ਚ ਨਾ ਲਾਈਟ ਮੈਨ ਨੂੰ ਲੈ ਲਿਆ ਤੇ ਉਹੀ ਇੱਕ ਸ਼ਾਰਟ ਦੇ ਵਿੱਚ ਹੁਣ ਜਦੋਂ ਮੈਨੂੰ ਮਿਲਦਾ ਨਾ ਹੈਲੋ ਸਰ ਕੈਸੇ ਹੋ, ਮੈਂ ਤਿਆਰ ਹੋ ਕੇ ਆਉਣ ਲੱਗ ਗਿਆ ਕਿ ਕੋਈ ਪਤਾ ਨੀ ਮੈਨੂੰ ਕਿਹੜੇ ਗਾਣੇ ਚ ਮੈਨੂੰ ਸ਼ਾਰਟ ਆ ਜਾਏ ਮੇਰਾ। ਬਸ ਠੀਕ ਹੈ ਫਿਰ, ਤਿਆਰ ਹੋ ਕੇ ਰਹਿਣਾ ਚਾਹੀਦਾ, ਪਤਾ ਨੀ ਕਦੋਂ। ਮੈਨੇਜਰ ਕਿਵੇਂ ਆ ਮੈਨੇਜਰ? ਕਿਵੇਂ ਸ਼ੋ ਹੁਣ ਫੋਨ ਚੱਕ ਲੋ, ਆ ਮੈਨੂੰ ਇੰਨੇ ਮੈਸੇਜ ਆਉਂਦੇ ਆ ਬਾਈ ਤੁਹਾਡੇ ਮੈਨੇਜਰ ਫੋਨ ਹੀ ਨੀ ਚੱਕਦੇ। ਹਲੇ ਵੀ ਆ ਰਹੀਆਂ ਨੇ ਬਾਈ, ਆ ਸ਼ੂਟ ਕਰ ਰਹੇ ਆਪਾਂ ਤਾਂ ਕਰਕੇ ਬਿਜ਼ੀ ਹੋਈ। ਮੈਨੂੰ ਵੀ ਬੜੇ ਲਾਮੇ ਆਉਂਦੇ ਮੈਨੂੰ ਦਿੱਲੀ ਵਾਲਿਆਂ ਦੇ ਬਾਰੇ, ਜਿਹੜੇ ਮੈਨੂੰ ਜਿੰਨੇ ਮੈਸੇਜ ਆਉਂਦੇ ਨੇ ਕਿ ਸ਼ੈਰੀਮਾਨ ਵੀਰੇ ਦਾ ਕੰਟੈਕਟ ਚਾਹੀਦਾ ਹੈ ਸ਼ੋਆਂ ਦੇ ਲਈ, ਆ ਵੀਰੇ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਪਰ ਫੋਨ ਇਹਨੇ ਫਿਰ ਵੀ ਨੀ ਚੱਕਣਾ। ਹਾਂ ਠੀਕ ਆ, ਚਲੋ ਐਨੀਵੇਜ਼, ਸੋ ਆਪਾਂ ਹੁਣ ਲਵ ਯੂ ਆਲ, ਲਵ ਯੂ ਸਾਰਿਆਂ ਨੂੰ ਸਾਡੀ ਸਾਰੀ ਟੀਮ ਵੱਲੋਂ। ਬਾਕੀ ਦੇ ਟੀਮ ਦੇ ਮੈਂਬਰ ਪਹੁੰਚ ਰਹੇ, ਉਹਨਾਂ ਨੂੰ ਲੋਕੇਸ਼ਨ ਭੇਜਤੀ ਹੈ ਤੇ ਬਾਕੀ ਮੈਂ ਇੱਥੇ ਲੋਕੇਸ਼ਨ ਤੁਹਾਡੇ ਸਾਰਿਆਂ ਲਈ ਸ਼ੇਅਰ ਵੀ ਕਰ ਦਿੰਦਾ ਤੇ ਆ ਜਾਓ ਸਾਰੇ ਜਾਣੇ ਸ਼ੂਟ ਤੇ। ਤੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਗਾਣਾ, ਕਿਉਂਕਿ ਇਹ ਜਿਹੜਾ ਲਵ ਯੂ ਹੈ ਇਹ ਕਿਹਨੂੰ ਕਿਹਾ ਕਿਵੇਂ ਕਿਹਾ ਇਹ ਸਭ ਤੁਹਾਨੂੰ ਕੱਲ ਪਤਾ ਲੱਗੇਗਾ। ਐਵੇਂ ਪਿਆਰ ਦਿੰਦੇ ਰਹੋ ਜੀ, ਨਵਾਂ ਗਾਣਾ ਲੈ ਕੇ ਬਹੁਤ ਛੇਤੀ 23-24 ਤਰੀਕ ਨੂੰ, 23 ਜਾਂ 24 ਤਰੀਕ ਨੂੰ ਅਗਲੇ ਗਾਣੇ ਚ ਆਪਾਂ ਐਂਡ ਕਰ ਛੱਡਣੀ।